ਭਾਜੀ ਤੁਹਾਡੇ ਨਾਲ ਗੱਲਾਂ ਕਰਦੇ ਪਤਾ ਲੱਗਿਆ ਕਹਿੰਦੇ ਵੀ ਦੋਵੇਂ ਗਾਣੇ ਲਿਖੇ ਜਿਹੜੇ ਕਨਵਰ ਗਰੇਵਾਲ ਨੇ, ਪਹਿਲਾਂ ਤਾਂ ਐਲਾਨ ਤੇ ਦੂਜਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਦੋਨੇ ਹੀ ਬੈਨ ਹੋ ਗਏ? ਹਾਂਜੀ ਹਾਂਜੀ ਬੈਨ ਹੋ ਗਏ ਜੀ ਦੋਨੇ। ਭਾਜੀ ਐਵੇਂ ਦਾ ਕੀ ਹੈ, ਪਹਿਲਾਂ ਤਾਂ ਜੇ ਦੇਖਿਆ ਜਾਵੇ ਜਦੋਂ ਐਲਾਨ ਲਿਖਿਆ ਤਾਂ ਕੀ ਸੋਚਿਆ ਸੀਗਾ, ਕਿਉਂਕਿ ਉਹ ਵੀ ਗਾਣਾ ਹਾਲਾਂਕਿ ਬੈਨ ਹੋ ਗਿਆ, ਪਹਿਲਾਂ ਤਾਂ ਉਸ ਗਾਣੇ ਬਾਰੇ ਕੁਛ? ਉਹ ਬਈ ਇਦੋਂ ਜਦੋਂ ਆਪਾਂ ਅੰਦੋਲਨ ਸ਼ੁਰੂ ਹੋਇਆ ਸੀਗਾ ਤੇ ਪਹਿਲਾਂ ਸ਼ੰਭੂ ਬਾਰਡਰ ਤੇ ਬੈਠੇ ਸੀ, ਇਕੱਠ ਕੀਤੇ ਸੀ ਆਪਾਂ, ਉਸ ਟਾਈਮ ਬਾਈ ਦੇ ਨਾਲ ਗਿਆ ਸੀ ਤੇ ਉਹ ਤੋਂ ਬਾਅਦ ਹੌਲੀ ਹੌਲੀ ਜਿਵੇਂ ਗੱਲਬਾਤ ਹੁੰਦੀ ਗਈ ਗੱਲਬਾਤ ਹੁੰਦੀ ਗਈ, ਪਤਾ ਲੱਗਦਾ ਗਿਆ ਉੱਥੇ ਲੋਕ ਇਕੱਠ ਬਹੁਤ ਵੱਡੀ ਉਹਦੇ 'ਚ ਹੋ ਗਿਆ ਸੀਗਾ, ਬਹੁਤ ਵੱਡਾ ਇਕੱਠ ਸੀ ਤੇ ਕੋਈ ਦੋ ਤੁਕਾਂ ਜੁੜ ਗਿਆ ਸੀ ਕਿ ਤੈਨੂੰ ਦਿੱਲੀ ਇਕੱਠ ਪਰੇਸ਼ਾਨ ਕਰੂਗਾ, ਐਡੀ ਕੁ ਗੱਲ ਜੁੜੀ ਸੀ ਤੇ ਫਿਰ ਆ ਕੇ ਦੋ ਤਿੰਨ ਦਿਨ ਬਾਅਦ ਬਾਈ ਦਾ ਫੋਨ ਆਉਂਦਾ ਹੈ ਕਿ ਕੋਈ ਗੀਤ ਕਰਦੇ ਹਾਂ। 15-20 ਮਿੰਟ 'ਚ ਮੈਂ ਬਾਈ ਨੂੰ ਸੁਣਾਤਾ ਸੀ ਪੂਰਾ ਕਰਕੇ। ਹਾਂਜੀ ਹੁਣ ਤੁਹਾਡਾ ਗਾਣਾ ਅਗਲਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋਇਆ, ਬੜਾ ਹੀ ਜੇ ਦੇਖਿਆ ਜਾਵੇ ਇਸ ਵੇਲੇ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬਹੁਤ ਗੱਲਾਂ ਨੇ ਤਮਾਮ, ਚਾਹੇ ਉਹ ਰਾਜਨੀਤਿਕ ਪਾਰਟੀਆਂ ਹੋਣ, ਚਾਹੇ ਆਮ ਲੋਕ, ਚਾਹੇ ਸੱਥਾਂ ਤੇ ਬੈਠ ਕੇ ਬਜ਼ੁਰਗ ਗੱਲਾਂ ਕਰਦੇ ਹੋਣ, ਤਾਂ ਜਦੋਂ ਤੁਸੀਂ ਇਸ ਰਿਹਾਈ ਗਾਣਾ ਲਿਖਿਆ ਤਾਂ ਜ਼ਿਹਨ ਦੇ ਵਿੱਚ ਕੀ ਸੀ? ਵੀਰੇ ਖਿਆਲ ਇਹ ਹੁੰਦੇ ਆ, ਓਬਜ਼ਰਵੇਸ਼ਨ ਜੀ ਹੁੰਦੀ ਆ, ਬਾਈ ਨਾਲ ਜ਼ਿਕਰ ਕਰਦੇ ਰਹਿੰਦੇ, ਬਾਈ ਨਾਲ ਜ਼ਿਆਦਾ ਸਮਾਂ ਬਤੀਤ ਕਰਦੇ ਹਾਂ, ਬਾਈ ਦੀਆਂ ਗੱਲਾਂ 'ਚੋਂ ਹੀ ਗੱਲ ਆ ਜਾਂਦੀ ਆ, ਕੋਈ ਕਮਰ ਬਾਈ ਦੇ ਜ਼ਿਕਰ ਕਰਦੇ ਰਹਿੰਦੇ ਆ ਉਹ ਵੀ ਇਹ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ, ਕਿਉਂਕਿ ਬੰਦਾ ਸਾਹਮਣੇ ਨਹੀਂ ਬੋਲ ਸਕਦਾ, ਅੰਦਰ ਬਹੁਤ ਦਰਦ ਹੁੰਦਾ ਬੰਦੇ ਦੇ, ਉਹ ਚੀਜ਼ ਅਬਜ਼ਰਵ ਹੋ ਜਾਂਦੀ ਹੈ, ਜਿਹੜਾ ਲੇਖਕ ਹੁੰਦਾ ਛੋਟੀਆਂ ਛੋਟੀਆਂ ਗੱਲਾਂ ਨੋਟ ਕਰੀ ਜਾਂਦਾ ਅਤੇ ਬਸ ਉਦੋਂ ਇਹ ਤੁੱਕ ਜੁੜ ਗਈ ਸੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ। ਤੁਸੀਂ ਕਿਹਾ ਵੀ ਜਦੋਂ ਲੇਖਕ ਛੋਟੀ ਛੋਟੀਆਂ ਗੱਲਾਂ ਨੂੰ ਜੋੜ ਕੇ ਜਿਹੜਾ ਉਹ ਇੱਕ ਸਮੁੰਦਰ ਟਾਈਪ ਗਾਣਾ ਬਣਾਉਂਦਾ, ਇੱਕ ਚਾਰ ਪੈਰਿਆਂ ਦੇ ਗਾਣੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਹੈ, ਪਰ ਜਦੋਂ ਐਵੇਂ ਪਤਾ ਲੱਗਦਾ ਕਿ ਮੇਰਾ ਲਿਖਿਆ ਹੋਇਆ ਗਾਣਾ ਐਲਾਨ, ਤੁਹਾਡਾ ਗਾਣਾ ਬਹੁਤ ਸੁਪਰ ਹਿੱਟ ਰਿਹਾ, ਇਹ ਗਾਣਾ ਬਹੁਤ ਚੱਲਿਆ ਪਰ ਇੱਕਦਮ ਬੈਨ ਹੋ ਗਿਆ, ਕੀ ਫਿਰ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਪਹਿਲਾ ਰਿਐਕਸ਼ਨ ਕੀ ਸੀ? ਨਹੀਂ ਕੁਛ ਨਹੀਂ ਵੀਰੇ, ਪਹਿਲਾ ਰਿਐਕਸ਼ਨ ਤਾਂ ਉਸ ਟਾਈਮ ਸੀਗਾ ਜਦੋਂ ਐਲਾਨ ਬੈਨ ਹੋਇਆ ਸੀ, ਉਹ ਤੋਂ ਬਾਅਦ ਤਾਂ ਜਿਵੇਂ ਆਦਤ ਜੀ ਪੈ ਜਾਂਦੀ ਹੈ। ਹਾਂਜੀ ਹਾਂਜੀ ਇਹ ਤਾਂ ਆਪਣਾ ਕੰਮ ਤਾਂ ਲਿਖਣਾ ਹੈ ਜੀ, ਬਾਈ ਦਾ ਕੰਮ ਗਾਉਣਾ ਹੈ, ਬੈਨ ਕਰਨਾ ਸਰਕਾਰਾਂ ਦਾ ਕੰਮ ਹੈ। ਭਾਜੀ ਤੁਹਾਡੇ ਨਾਲ ਗੱਲਾਂ ਕਰਦੇ ਪਤਾ ਲੱਗਿਆ ਕਹਿੰਦੇ ਵੀ ਦੋਵੇਂ ਗਾਣੇ ਲਿਖੇ ਜਿਹੜੇ ਕਨਵਰ ਗਰੇਵਾਲ ਨੇ, ਪਹਿਲਾਂ ਤਾਂ ਐਲਾਨ ਤੇ ਦੂਜਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਦੋਨੇ ਹੀ ਬੈਨ ਹੋ ਗਏ? ਹਾਂਜੀ ਹਾਂਜੀ ਬੈਨ ਹੋ ਗਏ ਜੀ ਦੋਨੇ। ਭਾਜੀ ਐਵੇਂ ਦਾ ਕੀ ਹੈ, ਪਹਿਲਾਂ ਤਾਂ ਜੇ ਦੇਖਿਆ ਜਾਵੇ ਜਦੋਂ ਐਲਾਨ ਲਿਖਿਆ ਤਾਂ ਕੀ ਸੋਚਿਆ ਸੀਗਾ, ਕਿਉਂਕਿ ਉਹ ਵੀ ਗਾਣਾ ਹਾਲਾਂਕਿ ਬੈਨ ਹੋ ਗਿਆ, ਪਹਿਲਾਂ ਤਾਂ ਉਸ ਗਾਣੇ ਬਾਰੇ ਕੁਛ? ਉਹ ਬਈ ਇਦੋਂ ਜਦੋਂ ਆਪਾਂ ਅੰਦੋਲਨ ਸ਼ੁਰੂ ਹੋਇਆ ਸੀਗਾ ਤੇ ਪਹਿਲਾਂ ਸ਼ੰਭੂ ਬਾਰਡਰ ਤੇ ਬੈਠੇ ਸੀ, ਇਕੱਠ ਕੀਤੇ ਸੀ ਆਪਾਂ, ਉਸ ਟਾਈਮ ਮੈਂ ਬਾਈ ਦੇ ਨਾਲ ਗਿਆ ਸੀ ਤੇ ਉਹ ਤੋਂ ਬਾਅਦ ਹੌਲੀ ਹੌਲੀ ਜਿਵੇਂ ਗੱਲਬਾਤ ਹੁੰਦੀ ਗਈ ਗੱਲਬਾਤ ਹੁੰਦੀ ਗਈ, ਪਤਾ ਲੱਗਦਾ ਗਿਆ ਉੱਥੇ ਲੋਕ ਇਕੱਠ ਬਹੁਤ ਵੱਡੀ ਉਹਦੇ 'ਚ ਹੋ ਗਿਆ ਸੀਗਾ, ਬਹੁਤ ਵੱਡਾ ਇਕੱਠ ਸੀ ਤੇ ਕੋਈ ਦੋ ਤੁਕਾਂ ਜੁੜ ਗਿਆ ਸੀ ਕਿ ਤੈਨੂੰ ਦਿੱਲੀ ਇਕੱਠ ਪਰੇਸ਼ਾਨ ਕਰੂਗਾ, ਐਡੀ ਕੁ ਗੱਲ ਜੁੜੀ ਸੀ ਤੇ ਫਿਰ ਆ ਕੇ ਦੋ ਤਿੰਨ ਦਿਨ ਬਾਅਦ ਬਾਈ ਦਾ ਫੋਨ ਆਉਂਦਾ ਹੈ ਕਿ ਕੋਈ ਗੀਤ ਕਰਦੇ ਹਾਂ, 15-20 ਮਿੰਟ 'ਚ ਮੈਂ ਬਾਈ ਨੂੰ ਸੁਣਾਤਾ ਸੀ ਪੂਰਾ ਕਰਕੇ। ਹਾਂਜੀ ਹੁਣ ਤੁਹਾਡਾ ਗਾਣਾ ਅਗਲਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋਇਆ, ਬੜਾ ਹੀ ਜੇ ਦੇਖਿਆ ਜਾਵੇ ਇਸ ਵੇਲੇ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬਹੁਤ ਗੱਲਾਂ ਨੇ ਤਮਾਮ, ਚਾਹੇ ਉਹ ਰਾਜਨੀਤਿਕ ਪਾਰਟੀਆਂ ਹੋਣ, ਚਾਹੇ ਆਮ ਲੋਕ, ਚਾਹੇ ਸੱਥਾਂ ਤੇ ਬੈਠ ਕੇ ਬਜ਼ੁਰਗ ਗੱਲਾਂ ਕਰਦੇ ਹੋਣ, ਤਾਂ ਜਦੋਂ ਤੁਸੀਂ ਇਸ ਰਿਹਾਈ ਗਾਣਾ ਲਿਖਿਆ ਤਾਂ ਜ਼ਿਹਨ ਦੇ ਵਿੱਚ ਕੀ ਸੀ? ਵੀਰੇ ਖਿਆਲ ਇਹ ਹੁੰਦੇ ਆ, ਓਬਜ਼ਰਵੇਸ਼ਨ ਜੀ ਹੁੰਦੀ ਆ, ਬਾਈ ਨਾਲ ਜ਼ਿਕਰ ਕਰਦੇ ਰਹਿੰਦੇ, ਬਾਈ ਨਾਲ ਜ਼ਿਆਦਾ ਸਮਾਂ ਬਤੀਤ ਕਰਦੇ ਹਾਂ, ਬਾਈ ਦੀਆਂ ਗੱਲਾਂ 'ਚੋਂ ਹੀ ਗੱਲ ਆ ਜਾਂਦੀ ਆ, ਕੋਈ ਕਮਰ ਬਾਈ ਦੇ ਜ਼ਿਕਰ ਕਰਦੇ ਰਹਿੰਦੇ ਆ ਉਹ ਵੀ ਇਹ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ, ਕਿਉਂਕਿ ਬੰਦਾ ਸਾਹਮਣੇ ਨਹੀਂ ਬੋਲ ਸਕਦਾ, ਅੰਦਰ ਬਹੁਤ ਦਰਦ ਹੁੰਦਾ ਬੰਦੇ ਦੇ, ਉਹ ਚੀਜ਼ ਅਬਜ਼ਰਵ ਹੋ ਜਾਂਦੀ ਹੈ, ਜਿਹੜਾ ਲੇਖਕ ਹੁੰਦਾ ਛੋਟੀਆਂ ਛੋਟੀਆਂ ਗੱਲਾਂ ਨੋਟ ਕਰੀ ਜਾਂਦਾ ਅਤੇ ਬਸ ਉਦੋਂ ਇਹ ਤੁੱਕ ਜੁੜ ਗਈ ਸੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ। ਤੁਸੀਂ ਕਿਹਾ ਵੀ ਜਦੋਂ ਲੇਖਕ ਛੋਟੀ ਛੋਟੀਆਂ ਗੱਲਾਂ ਨੂੰ ਜੋੜ ਕੇ ਜਿਹੜਾ ਉਹ ਇੱਕ ਸਮੁੰਦਰ ਟਾਈਪ ਗਾਣਾ ਬਣਾਉਂਦਾ, ਇੱਕ ਚਾਰ ਪੈਰਿਆਂ ਦੇ ਗਾਣੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਹੈ, ਪਰ ਜਦੋਂ ਐਵੇਂ ਪਤਾ ਲੱਗਦਾ ਕਿ ਮੇਰਾ ਲਿਖਿਆ ਹੋਇਆ ਗਾਣਾ ਐਲਾਨ, ਤੁਹਾਡਾ ਗਾਣਾ ਬਹੁਤ ਸੁਪਰ ਹਿੱਟ ਰਿਹਾ, ਇਹ ਗਾਣਾ ਬਹੁਤ ਚੱਲਿਆ ਪਰ ਇੱਕਦਮ ਬੈਨ ਹੋ ਗਿਆ, ਕੀ ਫਿਰ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਪਹਿਲਾ ਰਿਐਕਸ਼ਨ ਕੀ ਸੀ? ਨਹੀਂ ਕੁਛ ਨਹੀਂ ਵੀਰੇ, ਪਹਿਲਾ ਰਿਐਕਸ਼ਨ ਤਾਂ ਉਸ ਟਾਈਮ ਸੀਗਾ ਜਦੋਂ ਐਲਾਨ ਬੈਨ ਹੋਇਆ ਸੀ, ਉਹ ਤੋਂ ਬਾਅਦ ਤਾਂ ਜਿਵੇਂ ਆਦਤ ਜੀ ਪੈ ਜਾਂਦੀ ਹੈ। ਹਾਂਜੀ ਹਾਂਜੀ ਇਹ ਤਾਂ ਆਪਣਾ ਕੰਮ ਤਾਂ ਲਿਖਣਾ ਹੈ ਜੀ, ਬਾਈ ਦਾ ਕੰਮ ਗਾਉਣਾ ਹੈ, ਬੈਨ ਕਰਨਾ ਸਰਕਾਰਾਂ ਦਾ ਕੰਮ ਹੈ।